ਮਿਸਟਰ ਰਿਸ਼ੀ ਸੁਨਾਕ ਜਿਹੜੇ ਨੇ ਜੀ20 ਲੀਡਰ ਸัมਮਿਟ ਵਾਸਤੇ ਇੰਡੀਆ ਜਾ ਰਹੇ ਨੇ ਔਰ ਮਜ਼ਾਕ ਕਰ ਰਹੇ ਸੀਗੇ ਕਿ ਮੇਰੇ ਵਾਸਤੇ ਬਹੁਤ ਹੀ ਸਪੈਸ਼ਲ ਹੈ ਹੱਸਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਹੁਣ ਇੰਡੀਆ ਦਾ ਸਨ-ਇਨ-ਲਾ ਹੈਗਾ ਇਹ ਪਹਿਲੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਜਿਹੜੇ ਇੰਡੀਅਨ ਹੈਰੀਟੇਜ ਦੇ ਨੇ ਜਿਨ੍ਹਾਂ ਨੇ ਇੱਕ ਇੰਡੀਅਨ ਦੇ ਨਾਲ ਵਿਆਹ ਕੀਤਾ ਅਕਸ਼ਤਾ ਮੂਰਤੀ ਦੇ ਨਾਲ ਔਰ ਉਹਨਾਂ ਨੇ ਦੱਸਿਆ ਕਿ ਉਹ ਹੁਣ ਇੰਡੀਆ ਜਾ ਰਹੇ ਨੇ ਬੜੇ ਐਕਸਾਈਟਿਡ ਨੇ 43 ਸਾਲ ਦੇ ਬ੍ਰਿਟਿਸ਼ ਇੰਡੀਅਨ ਲੀਡਰ ਔਰ ਉਹਨਾਂ ਦਾ ਕਹਿਣਾ ਹੈ ਕਿ ਇੰਡੀਆ ਜਿਹੜਾ ਹੈ ਉਹ ਮੇਰੇ ਦਿਲ ਦੇ ਬਹੁਤ ਨੇੜੇ ਹੈ ਔਰ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਜਾ ਰਹੀ ਨੇ ਜਿਹੜੇ ਕਿ ਇਨਫੋਸਿਸ ਕੋ ਫਾਊਂਡਰ ਨਰਾਇਣ ਮੁਰਤੀ ਦੀ ਬੇਟੀ ਨੇ ਔਰ ਇਹ ਜਿਹੜੀ ਬਾਈਲੈਟਰਲ ਟਾਕਸ ਹੋਣ ਜਾ ਰਹੀਆਂ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਨਾਲ ਸਸਮਿਟਸ ਦੇ ਇਲਾਵਾ اور ਉਹਨਾਂ ਦਾ ਕਹਿਣਾ ਹੈ ਕਿ ਮੈਂ ਜੀ20 ਸਮਿਟ ਵਾਸਤੇ ਜਾ ਰਹੇ ਹਾਂ ਜਿਹੜਾ ਕਿ ਮੇਰਾ ਕਲੀਅਰ ਫੋਕਸ ਹੈਗਾ ਔਰ ਇਸ ਤੇ ਨਾਲ-ਨਾਲ ਗਲੋਬਲ ਇਕਨੋਮੀ ਵਾਸਤੇ ਵੀ ਗੱਲਬਾਤ ਕਰਾਂਗੇ ਔਰ ਜਿਹੜੇ ਇੰਟਰਨੈਸ਼ਨਲ ਰਿਲੇਸ਼ਨਸ਼ਿਪਸ ਦੀ ਗੱਲਬਾਤ ਹੋਏਗੀ ਔਰ ਇਸ ਤੇ ਨਾਲ-ਨਾਲ ਜਿਹੜੇ ਚਾਹਤਾ ਵਲਨਰੇਬਲ ਹੈਗਾ ਉਹਨਾਂ ਨੂੰ ਸਪੋਰਟ ਕਰਨ ਦੀ ਗੱਲ ਹੋਏਗੀ ਤਿੰਨ ਦਿਨਾਂ ਦਾ ਟੂਰ ਹੋਏਗਾ ਔਰ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਵਾਸਤੇ ਬਹੁਤ ਸਪੈਸ਼ਲ ਇਸ ਕਰਕੇ ਵੀ ਹੈਗਾ ਕਿਉਂਕਿ ਮੈਂ ਹੁਣ ਇੰਡੀਆ ਦਾ ਜਵਾਈ ਹੈਗਾ ਕਿਉਂਕਿ ਮੈਂ ਇੱਕ ਇੰਡੀਅਨ ਨਾਲ ਵਿਆਹ ਕੀਤਾ ਹੋਇਆ ਹੈ ਤੇ ਜਾ ਰਹੇ ਨੇ ਇੰਡੀਆ ਔ ਦਬਾਚ ਕੀ ਜਿਹੜੇ ਰਿਸਤੇ ਰਿਜ਼ਲਟਸ ਆਂਦੇ ਨੇ ਜੀ ਔਰ ਇਹ ਵੀ ਦੱਸ ਦਈਏ ਕਿ ਰਿਸ਼ੀ ਸੁਨਾਕ ਦੀ ਸੱਸ ਔਰ ਨਰੈਨ ਮੂਰਤੀ ਹਰਾਂ ਦੀ ਜਿਹੜੀ ਪਤਨੀ ਹੈ ਸੁਦਾ ਮੂਰਤੀ ਉਹ ਆ ਰਹੇ ਨੇ ਇੱਥੇ ਸਾਡੇ ਟੋਰਾਂਟੋ ਜਿਹੜਾ ਬੜਾ ਸ਼ਾਨਦਾਰ ਹਰ ਸਾਲ ਇੱਕ ਗੈਲਾ ਡਿਨਰ ਕੀਤਾ ਜਾਂਦਾ ਹੈ ਸੀਆਈਐਫ ਵੱਲੋਂ ਕੈਨੇਡੀਆ ਫਾਊਂਡੇਸ਼ਨ ਵੱਲੋਂ ਜਿਦੇ ਵਿੱਚ ਕਿ ਨਿਰਖੁਦ ਨਰੈਨ ਮੂਰਤੀ ਜਾਂ ਫਿਰ ਐ ਕਹ ਲਓ ਕਿ ਵੱਡੇ ਵੱਡੇ ਹੋਰ ਲੀਡਰ ਸਾਬਕਾ ਸਾਡੇ ਜਿਹੜੇ ਆ ਪਰ ਦੇ ਰਾਸ਼ਟਰਪਤੀ ਅਬਦੁਰ ਕਲਾਮ ਤੋਂ ਲੈ ਕੇ ਜੇ ਰਤਨ ਟਾਟਾ ਵਰਗੀਆਂ ਹਸਤੀਆਂ ਆ ਚੁੱਕੀਆਂ ਉਸੇ ਕੜੀ ਦੇ ਵਿੱਚ ਹੁਣ ਸੁਦਾ ਮੂਰਤੀ ਇੱਕ ਬੜੀ ਸਾਦਗੀ ਭਰੀ ਔਰਤ ਇੱਕ ਐਸਾ ਨਾਮ ਜਿਹਨਾਂ ਦੀ ਬੜੀ ਰਿਸਪੈਕਟ ਹੈ ਦੁਨੀਆ ਪਰਦੇ ਵਿੱਚ ਔਰ ਉਹ ਸਪੈਸ਼ਲ ਮਹਿਮਾਨ ਚੀਫ ਗੈਸਟ ਹੋਣਗੇ ਸੀਆਈਐਫ ਦੇ ਗੈਲਾ ਡਿਨਰ ਦੇ